ਮੇਰਾ ਨਾਂ ਜੀ ਸਫਦਰ ਹੁਸੈਨ ਜੀ। ਕੈਮਰੇ ਵਿੱਚ ਵੇਖਣਾ ਆਸਿਫ ਇਜਾਜ਼ ਡੇਰੀ ਫਾਰਮ ਤੋਂ ਮੈਂ ਬੋਲਦਾ ਪਿਆ ਜੀ। ਜੀ ਠੀਕ ਹੈ ਜੀ, ਤੁਹਾਨੂੰ ਮੋਸਟ ਵੈਲਕਮ ਕਹਿੰਦੇ ਹਾਂ ਜੀ, ਦਿਲ ਦੀ ਅਥਾਹ ਗਰਾਂ ਨਾਲ ਜੀ। ਥੈਂਕ ਯੂ ਸਰ, ਸ਼ੁਕਰੀਆ। ਅਸਲਾਮੁ ਅਲੈਕੁਮ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਹੋਤਾ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ। ਜਿਵੇਂ ਕਿ ਦੋਸਤਾਂ ਨੂੰ ਪਤਾ ਹੈ, ਤੁਹਾਡਾ ਵੀਰ ਹਸਨ ਰਜ਼ਾ ਡੇਲੀ ਦੀ ਨਿਸਬਤ ਮੁਖਤਲਿਫ ਜਾਨਵਰਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦਾ ਹੈ। ਅੱਜ ਬਾਈਆਂ ਵਾਸਤੇ ਇੱਕ ਨੀਲੀ ਦਾ ਅਨਮੋਲ ਹੀਰਾ ਲੈ ਕੇ ਹਾਜ਼ਰ ਹੋਇਆ ਹੈ। ਕੈਮਰਾਮੈਨ ਸਾਹਿਬ ਮੱਝ ਦੀਆਂ ਤਸਲੀਆਂ ਕਰਵਾਉਣੀਆਂ ਨੇ, ਅੱਗੋਂ ਪਹਿਲੇ ਸੱਟੇ ਚੈੱਕ ਕਰਵਾਉਣੀ ਹੈ ਜਨਾਬ। ਬੂਥੀ ਮੱਝ ਦੀ ਮਾਸ਼ਾਅੱਲਾ ਨਾਸਾਂ ਅੱਖਾਂ ਸ਼ਾਹ ਕਾਲੀਆਂ ਨੇ, ਨਿੱਕੀ ਜਿਹੀ ਫੁੱਲੀ ਕਤਰੀ ਕਤਰੀ ਸਿਰ, ਮੱਥਾ ਚੈੱਕ ਕਰਨਾ ਹੈ, ਖੁੱਤੀ ਚੈੱਕ ਕਰਨੀ ਹੈ, ਕੰਨ ਚੈੱਕ ਕਰਨੇ ਨੇ ਕਿ ਛੱਜਾਂ ਵਰਗੇ ਕੰਨ। ਇੱਥੇ ਜਨਾਬ ਗਰਦਨ ਵੇਖ ਲੈਣੀ ਹੈ ਮੱਝ ਦੀ, 2 ਤੋਂ 2.5 ਫੁੱਟ ਲੰਮੀ ਗਰਦਨ ਨੇ, ਬਾਕੀ ਟੋਟਲ ਬਾਡੀ। ਇੱਥੇ ਖੁੱਤੀ ਦੀ ਤਸੱਲੀ ਕਰਨੀ ਹੈ ਸਿੰਗਾਂ ਦੀ, ਬਹੁਤ ਹੀ ਖੂਬਸੂਰਤ ਜਨਾਬ ਕਤਰੀ ਕਤਰੀ ਸਿਰ ਹੈ। ਦੂਸਰਾ ਵਾਰਾ ਮਾਲਕਾਂ ਦਾ ਕਹਿਣਾ ਹੈ ਮੱਝ ਸੂਣ ਵਾਲੀ ਹੈ, ਤਕਰੀਬਨ ਦਿਨ ਲੈਂਦੀ ਹੈ 15 ਜਾਂ 18, ਉਹ ਬਾਅਦ ਵਿੱਚ ਮਾਲਕਾਂ ਦੇ ਨਾਲ ਗੱਲਾਂ ਹੋ ਸਨ। ਇੱਥੇ ਜਨਾਬ ਤਸਲੀਆਂ ਕਰਨੀਆਂ ਨੇ ਗਰਦਨ ਦੀਆਂ, ਬਾਕੀ ਹਰ ਚੀਜ਼ ਕੈਮਰਾਮੈਨ ਸਾਹਿਬ ਵਿਖਾਉਂਦੇ ਪਏ ਨੇ ਤੁਹਾਡੀ ਅੱਖਾਂ ਦੇ ਸਾਹਮਣੇ ਹੈ, ਕੋਈ ਅੱਖਾਂ ਤੋਂ ਓਹਲੇ ਕੋਈ ਨਹੀਂ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ। ਬਾਕੀ ਕੈਮਰਾਮੈਨ ਸਾਹਿਬ ਇੱਥੇ ਜੋਟੀ ਦੇ ਮੋਢੇ ਵਿਖਾਉਣੇ ਨੇ, ਮੋਢੇ ਠੱਪੇ ਹੋਏ ਬਿਲਕੁਲ, ਕਵਾਂ ਕੋਈ ਨਹੀਂ, ਕੰਢ ਤੀਰ ਸਿੱਧੀ ਗਾਡਰ ਵਰਗੀ। ਇਹ ਜਨਾਬ ਉੱਤੇ ਤੁਸੀਂ ਮੰਜੀ ਰੱਖ ਸਕਦੇ ਹੋ ਗੱਲਾਂ ਨਾਲ ਨਹੀਂ, ਇੱਥੇ ਤੁਸੀਂ ਚੈੱਕ ਕਰਨਾ ਹੈ ਕਿ ਕੰਢ ਦੇ ਉੱਤੇ ਮੰਜੀ ਰੱਖੀਏ ਅਤੇ ਜਨਾਬ ਫਬਦੀ ਹੈ। ਇੱਥੇ ਡਾਕਾਂ ਚੈੱਕ ਕਰਨੀਆਂ ਨੇ, ਪੁੱਠਾ ਮਾਸ਼ਾਅੱਲਾ 2.5 ਤੋਂ 3 ਫੁੱਟ ਚੈੜਾ, ਇਹਦੇ ਖੁੱਡਾ ਚੈੱਕ ਕਰਨਾ, ਬਰੀਕ ਪੂਛ ਬਿਲਕੁਲ ਦਾਗੇ ਵਰਗੀ, ਸਿਰਫ ਉੱਤੇ ਹੈ ਵਾਲ ਹਨ, ਚੈੱਕ ਕਰਨਾ ਵਿੱਚ ਬਿਲਕੁਲ ਹੱਡੀ ਕੋਈ ਨਹੀਂ ਹੈ, ਸਾਰੀ ਬਰੀਕ ਮੱਝ। ਇੱਥੇ ਪੱਟ ਜੋਟੀ ਦਾ ਵਿਖਾਉਣਾ ਹੈ, ਬਾਕੀ ਖੁੱਚਾਂ ਤੀਰ ਸਿੱਧੀਆਂ, ਪਿਛਲੇ ਪੈਰ ਧੋਤੇ ਹੋਏ ਫਿਰਲਾ ਚੈੱਕ ਕਰਵਾ ਲੈਣੀਆਂ ਨੇ। ਥਣ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਡੇਡੀ ਵਾਲਾ ਥਾਣੇ, ਬਾਕੀ ਜਨਾਬ ਤੁਰਦੀ ਫਿਰਦੀ ਤੁਹਾਡੀ ਅੱਖਾਂ ਦੇ ਸਾਹਮਣੇ ਹੈ, ਤਸਲੀਆਂ ਦੇ ਨਾਲ ਤੁਸੀਂ ਚੈੱਕ ਕਰਨਾ ਹੈ। ਇੱਥੇ ਕੈਮਰਾਮੈਨ ਸਾਹਿਬ ਵਿਖਾਉਣੀ ਹੈ ਮੱਝ, ਤਕਰੀਬਨ ਦਿਹਾੜੇ ਲੈਂਦੀ ਹੈ, ਪਰ ਜਾਣ ਦਿਓ ਅੱਗੇ ਖੁੱਲ੍ਹਾ ਬਾਹਰ ਜਾਣ। ਮਾਸ਼ਾਅੱਲਾ ਥੱਲੂ ਮੱਝ ਬਹੁਤ ਹੀ ਖੁੱਲ੍ਹੀ ਹੈ ਜਨਾਬ, ਬਾਕੀ ਦਿਨ ਲੈਂਦੀ ਆਲੀ, ਉਹ ਬਾਕੀ ਗੱਲਾਂ ਮਾਲਕਾਂ ਦੇ ਨਾਲ ਕਰਾਂਗੇ। ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਇਹ ਜਨਾਬ ਅੱਜ ਦਾ ਤੋਹਫਾ ਹੈ ਬਾਈਆਂ ਦੇ ਵਾਸਤੇ, ਬਾਕੀ ਮਾਲਕਾਂ ਦੇ ਨਾਲ ਕਰਾਂਗੇ ਗੱਲਾਂ। ਇਹ ਕੋਈ ਨੀਵੀਂ ਉੱਚੀ ਕੋਈ ਨਹੀਂ ਖੁਲਵਾਈ ਹੋਈ, ਇਹ ਤੁਹਾਡੀ ਅੱਖਾਂ ਦੇ ਸਾਹਮਣੇ ਤੁਰਦੀ ਫਿਰਦੀ ਇੱਕੋ ਜਿਹੀ ਜਗ੍ਹਾ 'ਤੇ ਮੱਝ ਪਈ ਤੁਰਦੀ ਹੈ, ਬਾਕੀ ਹਰ ਚੀਜ਼ ਕੈਮਰੇ ਦੀ ਨਜ਼ਰ ਹੈ। ਮਾਸ਼ਾਅੱਲਾ ਬਾਡੀ ਸਟਰਕਚਰ ਬਹੁਤ ਹੀ ਖੂਬਸੂਰਤ, ਰੱਤ ਪਿੱਤ ਪੂਰੀ ਜਵਾਨ ਮੱਝ, ਨਸਲਾਂ ਜ਼ਾਤਾਂ ਮੱਝ ਦੀਆਂ ਤੁਹਾਡੀ ਅੱਖਾਂ ਦੇ ਸਾਹਮਣੇ ਹੈ, ਬਹੁਤ ਹੀ ਖੂਬਸੂਰਤ ਬਾਡੀ ਸਟਰਕਚਰ ਹੈ ਮੱਝ ਦਾ, ਪਿਛਲੇ ਪੈਰ ਧੋਤੇ ਹੋਏ, ਨੋਂ ਬਿਲਕੁਲ ਗਸੇ ਹੋਏ, ਤਸਲੀਆਂ ਦੇ ਨਾਲ ਵੇਖਣਾ ਹੈ ਤੁਸੀਂ ਅੱਲਾ ਦੇ ਹੁਕਮ ਦੇ ਨਾਲ ਇਵੇਂ ਦੀਆਂ ਮੱਝਾਂ 20 ਲੀਟਰ 20+22-23 ਲੀਟਰ ਇਹ ਕਰਨ ਵਾਲੀਆਂ ਹੁੰਦੀਆਂ ਨੇ, ਬਾਕੀ ਤੁਸੀਂ ਦੋਸਤਾਂ ਨੇ ਵੇਖਣਾ ਹੈ ਔਰ ਆਪਣੀ ਰਾਏ ਦਾ ਇਜ਼ਹਾਰ ਕਮਿੰਟਾਂ ਦੇ ਵਿੱਚ ਲਾਜ਼ਮੀ ਕਰਨਾ ਹੈ।
ਇੱਥੇ ਜਨਾਬ ਤਸਲੀਆਂ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਤਨੀ ਮੱਝ ਥੱਲੂ ਖੁੱਲ੍ਹੀ ਔਰ ਲੱਤਾਂ ਚੈੱਕ ਕਰਨੀਆਂ ਨੇ ਕਿ ਮੱਝ ਕਿਵੇਂ ਰੱਖਦੀ ਪਈ ਹੈ ਟੋਰ ਇੱਥੇ ਕੈਮਰਾਮੈਨ ਸਾਹਿਬ ਵਿਖਾਉਣੀ ਹੈ ਬਹੁਤ ਹੀ ਖੂਬਸੂਰਤ ਇਵੇਂ ਮੱਝ ਟੁਰਦੀ ਹੈ ਜਿਵੇਂ 100 ਮੁਰੱਬੇ ਦਾ ਮਾਲਕ ਟੁਰਦਾ ਹੈ ਬਾਕੀ ਲੱਤਾਂ ਤੁਸੀਂ ਚੈੱਕ ਕਰਨੀਆਂ ਨੇ ਜਿਵੇਂ ਪੁਰਾਣੇ ਪਲੰਘ ਦੇ ਪਾਵੇ ਹੁੰਦੇ ਨੇ ਬਾਕੀ ਹਰ ਚੀਜ਼ ਕੈਮਰੇ ਦੀ ਨਜ਼ਰ ਹੈ ਜਨਾਬ ਤੁਸੀਂ ਤਸਲੀਆਂ ਦੇ ਨਾਲ ਇੱਥੇ ਮਾਸ਼ਾਅੱਲਾ ਬੂਥੀ ਦਿਲ ਕਰਦਾ ਹੈ ਕਿ ਬੰਦਾ ਮੱਝ ਨੂੰ ਵੇਖ ਹੀ ਰੱਖੇ ਇੱਥੇ ਤਸਲੀਆਂ ਦੇ ਨਾਲ ਇਹ ਪਿਛਲੇ ਸੂਬੇ ਦੀ ਮਾਲਕਾਂ ਦਾ ਕਹਿਣਾ ਹੈ ਕੱਟੀ ਹੈ ਦੂਸਰਾ ਵਾਰਾ ਮੱਝ ਹੁਣ ਜਨਾਬ ਤਿਆਰ ਹੁੰਦੀ ਪਈ ਹੈ ਕੱਟੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਔਰ ਆਊਟ ਕਲਾਸ ਹੈ ਇਹ ਜਨਾਬ ਬੂਥੀ ਉਸੇ ਤਰ੍ਹਾਂ ਅੱਖਾਂ ਵਾਲੇ ਦੋਸਤਾਂ ਨੇ ਚੈੱਕ ਕਰ ਲੈਣੀ ਹੈ ਇੱਥੇ ਕੱਟੀ ਦੀ ਸਿੰਗੀ ਔਰ ਹਰ ਚੀਜ਼ ਕੱਟੀ ਦੀ ਵੇਖ ਲੈਣੀ ਹੈ ਬਾਕੀ ਉਮੀਦ ਹੈ ਅੱਜ ਦੀ ਵੀਡੀਓ ਬਾਈਆਂ ਨੂੰ ਪਸੰਦ ਆਉਣੀ ਹੈ ਔਰ ਜਿਹੜੇ ਬਾਈ ਬਰੀਡਿੰਗ ਦੇ ਕੰਮ ਕਰਦੇ ਪਏ ਨੇ ਜਿਨ੍ਹਾਂ ਨੂੰ ਪਤਾ ਹੈ ਮੱਝਾਂ ਦਾ ਜਿਹੜੀ ਅੱਖੀ ਵਾਲੀ ਨੇ ਉਹਨਾਂ ਨੇ ਜਨਾਬ ਮੱਝ ਪਹਿਚਾਣ ਲੈਣੀ ਹੈ ਬਾਕੀ ਜਿਹਨੂੰ ਪਤਾ ਹੀ ਨਹੀਂ ਹੈ ਉਹ ਐਵੇਂ ਮੁੱਲ ਛੁੱਲ ਪੁੱਛ ਕੇ ਅਤੇ ਬਸ ਚੁੱਪ ਕਰ ਜਾਣਾ ਉਹਨਾਂ ਨੇ ਬਾਕੀ ਗੱਲਾਂ ਮਾਲਕਾਂ ਦੇ ਨਾਲ ਕਰਦੇ ਆ ਸਾਂਝੀਆਂ ਇੱਥੇ ਚੈੱਕ ਕਰ ਲਵਣਾ ਹੈ ਕਿ ਪੂਰਾ ਫੁੱਟ ਚੇੜਾ ਔਰ ਖੁੱਲ੍ਹਾ ਚੱਡਾ ਮਾਸ਼ਾਅੱਲਾ ਇਹਨੇ ਅੱਲਾ ਦੇ ਹੁਕਮ ਦੇ ਨਾਲ ਮੇਲੇ ਲਾ ਦੇਣੇ ਨੇ ਬਾਕੀ ਚਾਚੇ ਹੋਰਾਂ ਦੇ ਨਾਲ ਕਰਦੇ ਆ ਬਸ ਠੀਕ ਹੈ ਜੀ ਆ ਜਾਓ ਅਸਲਾਮੁ ਅਲੈਕੁਮ ਜੀ ਵਾਲੇਕੁਮ ਅਸਲਾਮ ਸ਼ੁਕਰ ਅੱਲਾ ਪਾਕ ਦਾ ਤੁਸੀਂ ਸੁਣਾਓ ਜੀ ਬਿਲਕੁਲ ਅਲਹਮਦੁਲਿਲਾ ਜਨਾਬ ਠੀਕ ਹੈ ਸੁਣਾਓ ਸਿਹਤਾਂ ਤਬੀਅਤ ਫਿਟ ਫਾਟ ਜੀ ਖਰੀਅਤ ਅਲਹਮਦੁਲਿਲਾ ਕੀ ਨਾਮ ਹੈ ਜੀ ਮੇਰਾ ਨਾਮ ਜੀ ਸਫਦਰ ਹੁਸੈਨ ਜੀ ਕੈਮਰੇ ਵਿੱਚ ਵੇਖ ਆਸਿਫ ਇਜਾਜ਼ ਡੇਅਰੀ ਫਾਰਮ ਤੋਂ ਮੈਂ ਬੋਲਦਾ ਪਿਆ ਜੀ ਜੀ ਠੀਕ ਹੈ ਜੀ ਤੁਹਾਨੂੰ ਮੋਸਟ ਵੈਲਕਮ ਕਹਿੰਦੇ ਹਾਂ ਜੀ ਦਿਲ ਦੀ ਅਥਾਹ ਗ੍ਰਹਿ ਥੈਂਕ ਯੂ ਸਰ ਸ਼ੁਕਰੀਆ ਮੱਝ ਆਪਾਂ ਵਿਖਾ ਦਿੱਤੀ ਕੈਮਰਾਮੈਨ ਸਾਹਿਬ ਨੇ ਹਾਂਜੀ ਵਾਰਾ ਕਿਨਵਾ ਇਹ ਹੁਣ ਤਿਆਰ ਹੁੰਦੀ ਪਈ ਇਹ ਹੋਈ ਖੜੀ ਦੂਸਰੇ ਸੂਏ ਜੀ ਇਹ ਤਿਆਰ ਹੈ ਹਾਂਜੀ ਸਾਡੀ ਇਹ ਘਰ ਦੀ ਮੱਝ ਹੈ ਜੀ ਠੀਕ ਹੈ ਇਹਦੇ ਨਾਲ ਪਹਿਲੇ ਸੂਏ ਦੀ ਹੁੰਦੀ ਹੈ ਜਿਹੜੀ ਕੱਟੀ ਹੈ ਅਸੀਂ ਉਹ ਵੀ ਵਿਖਾ ਦਿੱਤੀ ਹੈ ਤੇ ਪਿਛਲੇ ਸੂਏ ਇਹ ਬੜੀ ਚੰਗੀ ਨਿਕਲੀ ਆਈ ਸਾਡੀ ਇਹ ਘਰ ਦੀਆਂ ਮੱਝਾਂ ਦੇ ਵਿੱਚੋਂ ਹੈ ਜੀ ਤਕਰੀਬਨ ਕਿੰਨਾ ਦੁੱਧ ਕਰਦੀ ਰਹੀ ਹੈ ਪਿਛਲੇ ਸੂਏ ਠੰਡਾ 17 18 ਕਿਲੋ ਜੀ ਇਹ ਪੱਕਾ ਦੁੱਧ ਕਰਦੀ ਰਹੀ ਹੈ ਜੀ ਬਿਲਕੁਲ ਸਾਫ ਠੰਡਾ ਠੰਡਾ ਦੁੱਧ ਜੀ ਇਸ ਵਾਰੀ ਤੁਹਾਡਾ ਕੀ ਜ਼ੇਨ ਹੈ ਇਨਸ਼ਾਅੱਲਾ ਜੀ ਇਹ 20 22 ਕਿਲੋ ਤੋਂ 25 ਵੀ ਇਨਸ਼ਾਅੱਲਾ ਕਰਸੀ ਇਨਸ਼ਾਅੱਲਾ ਮੱਝ ਦਿਹਾੜੇ ਕਿੰਨੇ ਲੈਂਦੀ ਹੈ ਇਹ ਜੀ 15 ਤੋਂ 20 ਦਿਨ 18 20 ਦਿਨ ਇਹ ਲੈਂਦੀ ਹੈ ਜੀ ਪੱਕੇ ਦਿਨ ਲੈਂਦੀ ਹੈ ਜੀ 15 ਤੋਂ 20 ਦਿਨ ਜੀ 15 ਤੋਂ 20 ਦਿਨ ਲੈਂਦੀ ਹੈ ਹਾਂਜੀ ਥਣਾ ਦੀ ਆਪਣੀ ਗਰੰਟੀ ਹੈ ਬਿਲਕੁਲ ਸਾਡੀ ਗਰੰਟੀ ਹੈ ਜੀ ਥਣਾ ਦੀ ਬਿਲਕੁਲ ਇਹ ਸਾਫ ਹੈ ਜੀ ਬਿਲਕੁਲ ਕੋਈ ਕਿਸੇ ਕਿਸਮ ਦਾ ਕਰ ਲੈਂਦਾ ਜੀ ਕੋਈ ਕਿਸੇ ਕਿਸਮ ਦੀ ਟੈਨਸ਼ਨ ਨਹੀਂ ਜੀ ਨਾ ਅਸੀਂ ਕਦੀ ਕਸਮ ਚਾਹੀਏ ਤੇ ਨਾ ਅਸੀਂ ਕਦੀ ਝੂਠ ਬੋਲਿਆ ਸਾਨੂੰ ਅੱਲਾ ਦਾ ਅੱਲਾ ਰੱਬੁਲ ਇੱਜ਼ਤ ਨੇ ਬੜਾ ਕੁਝ ਦਿੱਤਾ ਹੈ ਸਾਡੀ ਇਹ ਘਰ ਦੀਆਂ ਮੱਝਾਂ ਦੇ ਵਿੱਚੋਂ ਮੱਝ ਹੈ ਅਸੀਂ ਵੈਸੇ ਤੇ ਵੇਚਣੀ ਵੀ ਨਹੀਂ ਸੀ ਤੇ ਬਾਈ ਜਾਨ ਹੋਰੀ ਆਏ ਨੇ ਤੇ ਬਾਈ ਜਾਨ ਉਹਨਾਂ ਨੇ ਕਹਿਣੇ ਤੇ ਮੈਂ ਤੁਹਾਨੂੰ ਵਿਖਾਈ ਹੈ ਤੁਹਾਡਾ ਪਿਆਰ ਹੈ ਚਲੋ ਤੁਸੀਂ ਵੀਡੀਓ ਬਣਾ ਬਾਈ ਜਾਨ ਉਹਨਾਂ ਨੇ ਕਹਿਣੇ ਤੇ ਇਹ ਮੈਂ ਤੁਹਾਨੂੰ ਵਿਖਾਈ ਹੈ ਜੀ ਹਾਂਜੀ ਮੈਂ ਵੀਡੀਓ ਤੇ ਕਦੀ ਨਹੀਂ ਚਾੜੀ ਤੇ ਬਾਕੀ ਜਿਤਨੀ ਮਾਸ਼ਾਅੱਲਾ ਇਸ ਵਾਰੀ ਮੱਝ ਮੱਝ ਤੇ ਰਾਤ ਪੇ ਤੇ ਜਵਾਨੀਆਂ ਨੇ ਮੱਝ ਦੇ ਇਹ ਬੜੀ ਆਲਾ ਨਸਲ ਦਾ ਨੀਲੀ ਦੀ ਜਾਨ ਹੈ 22 ਦੇ ਵੀ ਲੀਟਰ ਤੱਕ ਇਨਸ਼ਾਅੱਲਾ ਜੀ ਇਨਸ਼ਾਅੱਲਾ ਵੀ 21 22 ਤੇ ਪਿਛਲੇ ਸਾਲ ਵੀ ਦਿੰਦੀ ਰਹੀ ਹੈ ਜੀ ਅਕਸਰ ਦੋਸਤ ਆਖਦੇ ਨੇ ਜੀ ਪਹਿਲਣ ਹੋ ਕੇ ਇੰਨਾ ਕਦੋਂ ਕਰਦੀ ਰਹੀ ਹੋਣੀ ਹੈ ਜੇਨੀ ਮੱਝ ਨੂੰ ਨਸਲ ਜ਼ਾਤ ਹੈ ਮੱਝ ਤੇ ਰਤ ਪਿੱਤ ਜਵਾਨ ਪੂਰੀ ਮੱਝ ਅੱਲਾ ਦੇ ਹੁਕਮ ਦੇ ਨਾਲ ਇਹਨੇ ਜਨਾਬ 20 22 ਲੀਟਰ ਦੁੱਧ ਕਰਨਾ ਹੈ ਤੇ ਹੁਣ ਜਿਹੜਾ ਕੋਈ ਦੋਸਤ ਆਪਣੇ ਨਾਲ ਸੌਦਾ ਕਰੇ
ਉਹ ਆਖਿਆ ਜੀ ਮੱਝ ਅਸੀਂ ਲਿਜਾਣੀ ਹੈ ਸਵਾ ਕੇ। ਹਾਂਜੀ ਫਿਰ ਇਸ ਤਰ੍ਹਾਂ ਹੋ ਜਾ ਸੀ ਭਾਈ ਜਾਨ, ਅਸੀਂ ਇਹਦੀ ਗਰੰਟੀ ਦੀ ਸਹਿਤ ਇਸ ਤਰੀਕੇ ਵੀ ਹੋ ਜਾ ਸੀ ਵੀ ਸਵਾ ਕੇ ਵੀ ਲੈ ਜਾਵੇ, ਚੱਕ ਕੇ ਵੀ ਲੈ ਜਾਵੇ ਜੀ, ਕੋਈ ਮਸਲਾ ਨਹੀਂ ਜੀ, ਅਲਹਮਦੁਲਿਲਾ ਜੀ ਮੱਝ ਕਲੀ ਆ ਰਹੀ ਹਰ ਲਿਹਾਜ਼ ਨਾਲ ਜੀ, ਥਣਾ ਦੀ ਸਾਫ਼ ਹੈ, ਆਲਾ ਨਸਲ ਦੀ ਹੈ, ਪਿਛਲੇ ਸਾਲ ਬੜਾ ਅੱਛਾ ਦੁੱਧ ਦਿੱਤਾ ਹੈ ਜੀ, ਪਿਓਰ ਖਾਸ ਨੀਲੀ ਦੀ ਹੈ ਜੀ, ਇਨਸ਼ਾਅੱਲਾ ਇਹਦੇ 'ਚ ਕੋਈ ਹੇਰਾ ਫੇਰੀ ਵਾਲੀ ਗੱਲ ਨਹੀਂ ਜੀ। ਅੰਦਰ ਜਾ ਕੇ ਫਾਰਮ ਦੇ 'ਚ ਵੇਖ ਲਓ, ਹਾਲੇ ਵੀ ਸਾਡੇ ਕੋਲ ਐਸੀਆਂ ਮੱਝਾਂ ਹੈ ਜਿਹੜੀਆਂ 10 ਕਿਲੋ ਇੱਕ ਟਾਈਮ ਦਾ ਦਿੰਦੀ ਹੈ, ਪਿੰਨ 20 ਕਿਲੋ ਦਿੰਦੀਆਂ ਪਈਆਂ ਜੀ, ਅੰਦਰ ਫਾਰਮ ਦੇ ਵਿੱਚ ਖਲੀਆਂ ਜੀ। ਇਹਦਾ ਜੀ ਹੁਣ ਵੀਡੀਓ ਲੰਮੀ ਹੋ ਜਾਣੀ ਹੈ, ਇਹਦਾ ਕੀ ਪਿਆਰ ਮੁਹੱਬਤ ਵਾਲਾ ਮੁੱਲ ਹੈ? ਪਿਆਰ ਮੁਹੱਬਤ ਹੈ ਜੀ, ਇਹਦਾ ਮੁੱਲ ਤਾਂ ਅਸੀਂ ਸਾਡੇ ਮਕੂਲ ਹੈ ਜੀ, 7.5 ਲੱਖ ਅਸੀਂ ਇਹਦਾ ਮੰਗਨੇ ਆ ਜੀ। ਹਾਂਜੀ, ਜਿੰਨਾ ਦੀ ਆਪਾਂ ਦੇਣੀ ਹੈ, ਜਿਸ ਲੈਣ ਆਏ ਉਸੇ ਲਈ ਇਨਸ਼ਾਅੱਲਾ ਕਰ ਲਈ, ਸਾਇਆ ਤਾਂ ਮੁੱਲ ਦੇਣ ਦਾ ਕੀਮਤ 7.5 ਲੱਖ ਹੀ ਹੈ ਜੀ। ਹੁਣ ਮਜ਼ੀਦ ਕਰ ਦਿਓ ਕੋ ਵਿੱਚੋਂ ਪਿਆਰ ਥੋੜਾ ਬਹੁਤਾ, ਵੇਖ ਲਓ ਜੀ ਜਿਸ ਤਰੀਕੇ ਤੁਹਾਡੀ ਮਰਜ਼ੀ ਹੈ। ਫਿਰ ਵੀ ਹੁਣ ਕਰ ਦਿਓ ਨਾ, 10,000 ਨਾ ਦਿਓ ਅੱਜ, 10,000 ਨਾ ਦਿਓ ਜੀ। 7,40,000 ਰੁਪਏ ਡਿਮਾਂਡ ਹੈ ਜੀ, ਫਾਈਨਲ ਫਾਈਨਲ ਜੀ, 7,40,000 ਅੱਜ ਦੇ ਅਨਮੋਲ ਹੀਰੇ ਦੀ ਡਿਮਾਂਡ ਹੈ। ਉਮੀਦ ਬੜੀ ਹੈ ਅੱਜ ਦੀ ਵੀਡੀਓ ਭਾਈਆਂ ਨੂੰ ਪਸੰਦ ਆਉ ਸੀ, ਬਾਕੀ ਜਿਹੜੇ ਮੇਰੇ ਦੋਸਤ ਨੂੰ ਪਸੰਦ ਆਏ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਹੈ 0308-910-2811 ਇਹਦੇ 'ਤੇ ਕਾਲ, ਵਟਸਐਪ, ਈਮੋ, ਸਾਰੀਆਂ ਸਹੂਲਤਾਂ ਮੌਜੂਦ ਨੇ। ਬਾਕੀ ਆਪਣੀ ਰਾਏ ਦਾ ਇਜ਼ਹਾਰ ਕਮਿੰਟਾਂ ਦੇ ਵਿੱਚ ਲਾਜ਼ਮੀ ਕਰਨਾ ਹੈ। ਮਿਲਾਂਗੇ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ। ਅੱਲਾਹ ਹਾਫਿਜ਼।